ਸਤਿ ਸ਼੍ਰੀ ਅਕਾਲ ਜੀ ਇੰਡੀਆ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤਮੰਨਾ ਅਰੋੜਾ ਖਬਰ ਲੁਧਿਆਣਾ ਤੋਂ ਜਿੱਥੇ ਲੁਧਿਆਣਾ ਦੇ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ ਜੀ ਹਾਂ ਇਹ ਵੱਡੀ ਖਬਰ ਲੁਧਿਆਣਾ ਵਾਸੀਆਂ ਦੇ ਲਈ ਜਿੱਥੇ ਲੁਧਿਆਣਾ ਦੇ ਵਿੱਚ ਇਹ ਧਾਰਾ 144 ਲਾਗੂ ਕੀਤੀ ਗਈ ਹੈ ਤੇ ਕੀ ਕੁਝ ਕਾਰਨ ਨੇ ਫਿਲਹਾਲ ਇਹ ਕਾਰਨ ਜਿਹੜੇ ਨੇ ਨਿਕਲ ਕੇ ਸਾਹਮਣੇ ਨਹੀਂ ਆ ਰਹੇ ਨੇ ਪਰ ਪੁਲਿਸ ਦੇ ਵੱਲੋਂ ਜਿਹੜਾ ਕਿਹਾ ਗਿਆ ਕਿ ਧਾਰਾ 144 ਹੈ ਜਿਹੜੀ ਇਹ ਲਾਗੂ ਕੀਤੀ ਗਈ ਹੈ ਤਾਂ ਜੋ ਸੁਰੱਖਿਆ ਨੂੰ ਜਿਹੜਾ ਹੈ ਬਣਾਇਆ ਜਾ ਸਕੇ ਅਮਨ ਸ਼ਾਂਤੀ ਜਿਹੜੀ ਹੈ ਉਹ ਬਰਕਰਾਰ ਰਹੇ ਇਸੇ ਨੂੰ ਲੈ ਕੇ 2 ਮਹੀਨਿਆਂ ਦੇ ਲਈ ਹੁਕਮ ਜਾਰੀ ਕੀਤੇ ਗਏ ਨੇ ਤੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਤੇ 31 ਮਈ ਤੱਕ ਜਿਹੜੇ ਨੇ ਇਹ ਹੁਣ ਆਦੇਸ਼ 31 ਮਈ ਦੇ ਲਈ ਇਹ ਜਾਰੀ ਕੀਤੇ ਗਏ ਨੇ 31 ਮਈ ਤੱਕ ਧਾਰਾ 144 ਲਾਗੂ ਰਹੇਗੀ ਤੇ 4 ਤੋਂ 5 ਲੋਕਾਂ ਤੋਂ ਜ਼ਿਆਦਾ ਇਕੱਠ ਹੋਣ ਤੇ ਵੀ ਜਿਹੜੇ ਪਾਬੰਦੀ ਹੈ ਇਸ ਤਰੀਕੇ ਹੁਣ ਪਟਾਕੇ ਜਲਾਉਣ ਤੇ ਵੀ ਜਿਹੜੀ ਹੈ ਪਾਬੰਦੀ ਲਗਾਈ ਗਈ ਹੈ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਿਸਾਖੀ ਦਾ ਤਿਉਹਾਰ ਆ ਰਿਹਾ ਹੈ ਤੇ ਇਸ ਨੂੰ ਲੈ ਕੇ ਵੀ ਜਿਹੜੀ ਅਪਡੇਟ ਮੈਂ ਤੁਹਾਨੂੰ ਦਵਾਂਗੀ ਕਿ ਵਿਸਾਖੀ ਦੇ ਮੌਕੇ ਤੇ ਜਿਹੜਾ ਪੰਜਾਬੀ ਦੇ ਲਈ ਇਹ ਤਿਉਹਾਰ ਆ ਰਿਹਾ ਤੇ ਤਿਉਹਾਰਾਂ ਨੂੰ ਲੈ ਕੇ ਵੀ ਐਕਸੈਪਸ਼ਨ ਹੈ ਜਿਹੜੇ ਤਿਉਹਾਰਾਂ ਨੂੰ ਰੱਖਿਆ ਗਿਆ ਹੈ ਕਿਉਂਕਿ ਤਿਉਹਾਰ ਤੁਸੀਂ ਮਨਾ ਸਕਦੇ ਹੋ ਮੰਦਿਰ ਗੁਰਦੁਆਰੇ ਨੇ ਜਿਹੜੇ ਉੱਥੇ ਇਸ ਤਰੀਕੇ ਦੀ ਜਿਹੜੀ ਹੈ ਨਿਯਮ ਨੇ ਉਹ ਲਾਗੂ ਨਹੀਂ ਹੋਣਗੇ ਮੰਦਿਰਾਂ ਦੇ ਵਿੱਚ ਤੁਸੀਂ ਜਾ ਸਕਦੇ ਹੋ ਆਪਣਾ ਤਿਉਹਾਰ ਤੁਸੀਂ ਮਨਾ ਸਕਦੇ ਹੋ ਪਰ ਪਟਾਕੇ ਨਹੀਂ ਜਲਾ ਸਕਦੇ ਤੇ ਇੱਕ ਜਗ੍ਹਾ ਤੇ ਇਕੱਠ ਬਣਾ ਕੇ ਨਹੀਂ ਤੁਸੀਂ ਖੜੇ ਹੋ ਸਕਦੇ ਕਿਉਂਕਿ ਇਹ ਧਾਰਾ ਜਿਹੜੀ ਹੈ 144 2 ਮਹੀਨਿਆਂ ਤੱਕ ਜਦੋਂ ਤੱਕ ਦੇ ਲਈ ਇਹ ਤਾਰਾ ਲਾਗੂ ਕੀਤੀ ਗਈ ਹੈ ਉਦੋਂ ਤੱਕ ਲਈ ਤੁਸੀਂ 4 ਤੋਂ 5 ਲੋਕੀ ਤੋਂ ਜ਼ਿਆਦਾ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਨਹੀਂ ਖੜ ਸਕਦੇ ਜੇਕਰ ਤੁਸੀਂ ਨਿਯਮਾਂ ਦੀ ਉਲੰਘਣਾ ਕਰਦੇ ਹੋ ਤੁਹਾਡੇ ਖਿਲਾਫ ਐਕਸ਼ਨ ਵੀ ਲਿਆ ਜਾ ਸਕਦਾ ਸੋ ਆਪਣੇ ਏਰੀਆ ਦੇ ਵਿੱਚ ਜਿਹੜਾ ਹੈ ਸਾਵਧਾਨ ਰਹੋ ਤੇ ਸਤਰਕ ਰਹੋ ਕਿਉਂਕਿ ਇਹ ਜਿਹੜੀ ਧਾਰਾ ਲਾਗੂ ਕੀਤੀ ਗਈ ਤੇ ਪੁਲਿਸ ਪ੍ਰਸ਼ਾਸਨ ਕਿਤੇ ਨਾ ਕਿਤੇ ਸਖਤ ਨਜ਼ਰ ਆ ਰਿਹਾ ਤੇ ਕੀ ਕੁਝ ਮੁੱਖ ਕਾਰਨ ਇਸਨੂੰ ਜਿਹੜਾ ਜਾਰੀ ਕੀਤਾ ਗਿਆ ਕਿ ਕੁਝ ਮੁੱਖ ਕਾਰਨ ਰਹੇ ਇਹ ਵੀ ਇਸਦਾ ਵੀ ਖੁਲਾਸਾ ਹੋਣ 'ਤੇ ਤੁਹਾਡੇ ਨਾਲ ਉਹ ਵੀ ਸਾਂਝੀ ਕੀਤੀ ਜਾਵੇਗੀ ਸੋ ਫਿਲਹਾਲ ਦੇ ਲਈ ਤੁਸੀਂ ਜੁੜੇ ਰਹੋ ਇੰਡੀਆ ਨਿਊਜ਼ ਦੇ ਨਾਲ ਧੰਨਵਾਦ